ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਹੈ ਤੁਹਾਡਾ, ਸਾਰਿਆਂ ਦਾ ਦਿਲ ਤੋਂ ਵੈਲਕਮ ਕਰਦੇ ਹਾਂ ਅਸੀਂ। ਅਤੇ ਕੱਲ੍ਹ ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਹੈ ਨਾ ਵਲੋਗ ਦੇ ਵਿੱਚ ਕਿ ਇਹਨਾਂ ਦੀ ਛੁੱਟੀ ਸੀਗੀ ਕੱਲ੍ਹ ਦੀ, ਅਤੇ ਵਲੋਗ ਪਾਉਣ ਤੋਂ ਬਾਅਦ ਫਿਰ ਅਸੀਂ ਚਲੇ ਗਏ ਹੈ ਨਾ, ਅਸੀਂ ਗਏ ਸੀ ਸੈਕਟਰ 22 ਦੇ ਵਿੱਚ, ਅਤੇ ਉੱਥੇ ਥੋੜ੍ਹਾ ਜਿਹਾ ਘੁੰਮੇ ਅਸੀਂ, ਅਤੇ ਫਿਰ ਉਸ ਤੋਂ ਬਾਅਦ ਮੈਂ ਜੂਸ ਪੀਤਾ, ਇਹਨਾਂ ਨੇ ਮੈਂਗੋ ਸ਼ੇਕ ਪੀਤਾ, ਅਤੇ ਇੱਥੋਂ ਅਸੀਂ ਪੀਤਾ ਸੀਗਾ ਹੈ ਨਾ। ਬਹੁਤ ਇੱਥੇ ਤਰ੍ਹਾਂ ਤਰ੍ਹਾਂ ਦੇ ਸ਼ੇਕ ਜੂਸ ਮਿਲਦੇ ਹੈਗੇ ਆ, ਅਤੇ ਅਕਸਰ ਅਸੀਂ ਇੱਥੋਂ ਹੀ ਪੀਂਦੇ ਹਾਂ ਆ ਕੇ। ਬਹੁਤ ਅੱਛਾ ਸ਼ੇਕ ਸੀ ਅਤੇ ਬਹੁਤ ਅੱਛਾ ਜੂਸ ਸੀ। ਲਓ ਜੀ, ਸਾਹਿਬ ਜੀ ਕਰ ਰਿਹਾ ਪੇਮੈਂਟ ਹੈ ਨਾ, ਅਤੇ ਅੱਜ ਕੱਲ੍ਹ ਤਾਂ ਸਾਰਾ ਕੁਛ ਹੀ ਹੈ ਨਾ ਫੋਨ 'ਤੇ ਹੀ ਹੋ ਜਾਂਦਾ ਹੈਗਾ, ਪਰਸ ਵੀ ਚੱਕਣ ਦੀ ਲੋੜ ਨਹੀਂ ਪੈਂਦੀ। ਅਤੇ ਇਹ ਵੀ ਕੰਮ ਥੋੜ੍ਹਾ ਥੋੜ੍ਹਾ ਕਦੇ ਕਦੇ ਖਰਾਬ ਲੱਗਦਾ ਹੈ ਨਾ, ਕਿਸੇ ਟਾਈਮ ਫੋਨ ਦਾ ਫੋਨ ਦੇ ਵਿੱਚ ਨੈੱਟ ਨਹੀਂ ਚੱਲਦਾ ਹੈ ਨਾ, ਅਤੇ ਪੈਸੇ ਹੋਣੇ ਚਾਹੀਦੇ। ਮੈਂ ਇਹਨਾਂ ਨੂੰ ਕਿਹਾ ਸੀ ਕਿ ਪਰਸ ਜ਼ਰੂਰ ਰੱਖਿਆ ਕਰੋ ਕੋਲ, ਐਸਾ ਤਾਂ ਕੁਛ ਹੋਇਆ ਨਹੀਂ ਅੱਜ ਤੱਕ, ਪਰ ਫਿਰ ਵੀ ਹੈ ਨਾ ਮੇਰੇ ਮਾਇੰਡ ਦੇ ਵਿੱਚ ਗੱਲ ਆਈ ਅਤੇ ਮੈਂ ਇਹਨਾਂ ਨੂੰ ਦੱਸੀ, ਅਤੇ ਮੈਂ ਇਹਨਾਂ ਨੂੰ ਦੱਸੀ ਅਤੇ ਉਹੀ ਗੱਲ ਮੈਂ ਤੁਹਾਡੇ ਸਾਰਿਆਂ ਤੱਕ ਹੈ ਨਾ ਦੱਸਦੀ। ਅਤੇ ਹੁਣ ਦੇਖ ਲਓ ਜੀ, ਅਸੀਂ ਘਰ ਆ ਗਏ ਸੀਗੇ ਅਤੇ ਰੋਟੀ ਪਾਣੀ ਅਸੀਂ ਖਾਧਾ ਨਹੀਂ ਸੀਗਾ, ਕਿਉਂਕਿ ਜੂਸ ਔਰ ਮੈਂਗੋ ਸ਼ੇਕ ਪੀ ਕੇ ਅਤੇ ਆ ਕੇ ਅਸੀਂ ਚਾਟ ਪਾਪੜੀ ਖਾਧੀ। ਫਿਰ ਸਾਹਿਬ ਜੀ ਦੇਖ ਲਓ ਲੱਗ ਗਏ ਹੈ ਨਾ ਮਿੱਠੂ ਦੇ ਨਾਲ ਗੱਲਾਂ ਬਾਤਾਂ ਮਾਰਨ ਵਾਸਤੇ। ਇੱਥੇ ਇਹਨਾਂ ਦੀ ਵੀਡੀਓ ਨਾ ਲੰਬੀ ਹੋ ਗਈ ਸੀ, ਇਸ ਕਰਕੇ ਮੈਂ ਵੋਇਸ ਬੰਦ ਕਰਤੀ, ਅਤੇ ਦੇਖ ਲਓ ਕਿੰਨਾ ਪਿਆਰ ਕਰੀ ਜਾਂਦੇ ਆ। ਇਹ ਕਹਿੰਦੇ ਇਹ ਕਈ ਵਾਰ ਨਾ ਸੁੱਤੇ ਪਏ ਵੀ ਮਿੱਠੂ ਮਿੱਠੂ ਕਰਦੇ ਰਹਿੰਦੇ ਆ। ਮੈਂ ਕਿਹਾ ਤੁਹਾਨੂੰ ਇੰਨਾ ਪਿਆਰ ਹੋ ਗਿਆ ਮਿੱਠੂ ਦੇ ਨਾਲ। ਅਤੇ ਇਹਨੇ ਦੇਖ ਲਓ ਜੀ ਫਿਰ ਖਜ਼ਾਨਾ ਕੱਢਣਾ ਸ਼ੁਰੂ ਕਰਤਾ ਹੈ ਨਾ, ਜਿਵੇਂ ਤੁਸੀਂ ਦੱਸਦੇ ਹੁੰਦੇ ਹੋ ਕਿ ਮਿੱਠੂ ਖਜ਼ਾਨਾ ਕੱਢਦਾ। ਪਰਮਾਤਮਾ ਕਰੇ ਮਿੱਠੂ ਖਜ਼ਾਨਾ ਕੱਢੇ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਹੈ ਨਾ ਬੁਲਾਵਾਂ, ਅਤੇ ਆਪਾਂ ਸਾਰੇ ਮਿਲ ਕੇ ਹੈ ਨਾ ਖਜ਼ਾਨੇ ਦਾ ਆਨੰਦ ਲਈਏ। ਇਹੀ ਮੇਰੀ ਅੰਦਰੋਂ ਦਿਲ ਦੀ ਇੱਛਾ ਹੈਗੀ ਹੈ। ਅਤੇ ਜਿਵੇਂ ਤੁਸੀਂ ਹੈ ਨਾ ਵਾਰ ਵਾਰ ਬੋਲਦੇ ਹੋ, ਇਹ ਦੇਖ ਲਓ ਹੈ ਨਾ ਕਿਸ ਤਰ੍ਹਾਂ ਖੇਡਦਾ ਮਿੱਟੀ ਦੇ ਨਾਲ, ਅਤੇ ਕਿਹੜਾ ਇਹ ਖਜ਼ਾਨਾ ਕੱਢੂਗਾ ਇਹਨੂੰ ਹੀ ਪਤਾ ਹੈ ਨਾ, ਇਹਦੀਆਂ ਗੱਲਾਂ ਇਹੀ ਜਾਣੇ। ਅਤੇ ਲਓ ਜੀ ਹੁਣ ਅਸੀਂ ਰਾਤ ਨੂੰ ਗਏ ਸੀ ਸੋ, ਹੁਣ ਸਾਹਿਬ ਜੀ ਸਵੇਰੇ ਉੱਠ ਕੇ ਦੇ ਰਹੇ ਪੌਦਿਆਂ ਨੂੰ ਪਾਣੀ ਹੈ ਨਾ। ਚਾਹ ਪਾਣੀ ਅਸੀਂ ਮਤਲਬ ਹਜੇ ਪੀਤਾ ਨਹੀਂ ਹੈਗਾ, ਚਾਹ ਪਾਣੀ ਪੀਣ ਤੋਂ ਪਹਿਲਾਂ ਹੀ ਇਹ ਕੰਮ ਹੋ ਰਿਹਾ। ਜਿਵੇਂ ਮੈਂ ਤੁਹਾਨੂੰ ਦੱਸਦੀ ਹੁੰਦੀ ਹਾਂ ਪਾਈਪ ਨਹੀਂ ਲਾ ਸਕਦੇ, ਅਤੇ ਇਸ ਤਰ੍ਹਾਂ ਹੀ ਅਸੀਂ ਹੈ ਨਾ ਕੱਪ ਦੇ ਨਾਲ ਹੀ ਪਾਣੀ ਦਿੰਦੇ ਹੈਗੇ ਹਾਂ, ਕੱਪ ਮੱਗ ਜੋ ਵੀ ਹੈ ਨਾ। ਅਤੇ ਫਿਰ ਦੇਖ ਲਓ ਜੀ ਮੈਂ ਥੋੜ੍ਹਾ ਜਿਹਾ ਨਾ ਬਾਹਰਲਾ ਵਿਊ ਸ਼ੂਟ ਕਰਨ ਲੱਗ ਗਈ, ਅਤੇ ਸੜਕਾਂ ਬਿਲਕੁਲ ਸੁੱਕੀਆਂ ਪਈਆਂ ਹੈ ਨਾ, ਅਤੇ ਇਸ ਤਰ੍ਹਾਂ ਹੋਇਆ ਪਿਆ ਜਿਸ ਤਰ੍ਹਾਂ ਮੀਂਹ ਆਊਗਾ ਹੈ ਨਾ, ਅਤੇ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਹੈਗਾ ਭਾਈ, ਪਤਾ ਨਹੀਂ ਕਿਉਂ ਮੀਂਹ ਤਾਂ ਆਉਂਦਾ ਨਹੀਂ ਹੈਗਾ, ਅਤੇ ਗਰਮੀ ਇੰਨੀ ਹੋਈ ਪਈ ਹੈ ਬਹੁਤ ਹੀ ਜ਼ਿਆਦਾ। ਅੱਜ ਮੈਂ ਚਾਹ ਤਾਂ ਦਿਖਾਈ ਹੈ, ਥੋੜ੍ਹਾ ਜਿਹਾ ਸਟਾਈਲ ਮੈਂ ਨਾ 2 ਦਿਨਾਂ ਦਾ ਚੇਂਜ ਕੀਤਾ ਹੈਗਾ, ਦੁੱਧ ਅਤੇ ਪਾਣੀ ਇਕੱਠਾ ਪਾ ਕੇ ਫਿਰ ਉਸ ਤੋਂ ਬਾਅਦ ਚੀਨੀ ਪਾ ਕੇ ਚਾਹ ਪੱਤੀ ਪਾ ਕੇ ਹੈ ਨਾ, ਅਤੇ ਫਿਰ ਆਪਾਂ ਉਬਾਲੇ ਦਵਾ ਲਾਂਗੇ, ਅਤੇ ਇੰਨੀ ਵਧੀਆ ਚਾਹ ਦੀ ਰੰਗਤ ਆਉਂਦੀ ਹੈ, ਲਾਲ ਲਾਲ ਚਾਹ ਬਣ ਜਾਂਦੀ ਹੈ, ਅਤੇ ਇੱਕ ਕਹਿੰਦੇ ਨਾ ਚਾਹ ਦੇ ਵਿੱਚ ਇੱਕ ਚਾਹ ਪੱਤੀ ਦਾ ਟੇਸਟ ਉਹ ਆ ਜਾਂਦਾ। ਲਓ ਜੀ ਹੁਣ ਬੀਬੀ ਰਾਣੀ ਹੋ ਗਈ ਕੰਮ ਕਰਨ ਵਾਸਤੇ ਸ਼ੁਰੂ, ਮਸ਼ੀਨ ਲਗਾਤੀ ਹੋਈ ਹੈ, ਅਤੇ ਬਸ ਹੁਣ ਕੱਪੜੇ ਕੁੱਪੜੇ ਇਕੱਠੇ ਕਰਨ ਆਈ ਹੈ ਨਾ ਬਾਹਰੋਂ, ਅੰਦਰੋਂ ਸੋਰੀ ਸ਼ੀਸ਼ੇ ਵਗੈਰਾ ਵੀ ਸਾਫ ਹੈ ਨਾ, ਜੋ ਵੀ ਚੀਜ਼ ਸਾਫ ਹੈ ਸਾਫ ਕਰ ਲਓ ਹੈ ਨਾ, ਕਿਉਂਕਿ ਆਪਾਂ ਜਦੋਂ ਕੱਪੜੇ ਧੋਣ ਲੱਗਦੇ ਆ ਨਾ, ਅੱਜ ਬਹੁਤ ਮੂਡ ਸੀਗਾ ਕਿ ਅੱਜ ਕੋਈ ਕੱਪੜਾ ਨਹੀਂ ਛੱਡਣਾ ਹੈਗਾ, ਮੈਂ ਸਾਰੇ ਕੱਪੜੇ ਧੋ ਦੇਣੇ ਆ। ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਥੋੜ੍ਹੇ ਦਿਨ ਪਹਿਲਾਂ ਕਿ ਗੱਦੇ 'ਤੇ ਵੀ ਚਾਹ ਡੁੱਲ ਗਈ ਸੀਗੀ ਪਰ ਬਚ ਗਿਆ ਸੀਗਾ ਹੈ ਨਾ, ਅਤੇ ਫਿਰ ਮੈਂ ਛਾੜ ਸੋਚਿਆ ਸੀ ਮੈਂ ਧੋ ਦੂੰਗੀ, ਅਤੇ ਅੱਜ ਛਾੜ ਦੀ ਵੀ ਵਾਰੀ ਆ ਗਈ, ਅਤੇ ਉਤਾਰੀ ਤਾਂ ਜਾਂਦੀ ਹਾਂ, ਅਤੇ ਮੈਨੂੰ ਇਹ ਸੀ ਮੈਂ ਕਿਹਾ ਕੱਪੜੇ ਵੀ ਜ਼ਿਆਦਾ, ਤੁਸੀਂ ਦੇਖਿਆ ਨਾ ਮੰਜਾ ਕਿੰਨਾ ਭਰਿਆ ਪਿਆ, ਇੰਨਾ
ਜਿਹਾ ਭਰ ਗਿਆ ਮੈਨੂੰ, ਕਹਿੰਦੇ ਇੰਨੇ ਕੱਪੜੇ ਹੈ ਨਾ ਭਾਈ, ਪਤਾ ਨਹੀਂ ਕਿਉਂ ਇੰਨੇ ਕੱਪੜੇ ਹੋ ਜਾਂਦੇ, ਗਰਮੀ 'ਚ ਜ਼ਿਆਦਾ ਹੋ ਜਾਂਦੇ ਕੱਪੜੇ, ਸਰਦੀ 'ਚ ਤਾਂ ਫਿਰ ਵੀ ਆਪਾਂ ਹੈ ਨਾ ਧੋ ਲੈਂਦੇ ਹਾਂ, ਧੁੱਪੇ ਬੈਠ ਕੇ ਸੁਕਾ ਲੈਂਦੇ ਹਾਂ। ਲਓ ਜੀ, ਛਾੜ ਵੀ ਮੈਂ ਲੈ ਆਈ, ਚਾਦਰ ਵੀ ਲੈ ਆਈ, ਅਤੇ ਧੋ ਲਈਏ ਵੀ ਹੱਥਾਂ ਵਾਲੇ ਵੀ ਕੱਪੜੇ। ਅਤੇ ਅੱਜ ਤਾਂ ਮੈਂ ਬੇਸਮਝ ਹੋਈ ਪਈ ਸੀ ਕਿਉਂਕਿ 8 ਵੱਜ ਚੁੱਕੇ ਸੀ ਹੈ ਨਾ, ਹਜੇ ਚਾਹ ਵੀ ਪੀਣੀ ਸੀਗੀ, ਅਤੇ ਚਾਹ ਮੇਰੀ ਇਸ ਤਰ੍ਹਾਂ ਹੀ ਪਈ ਸੀਗੀ, ਇਹ ਦੇਖ ਲਓ ਹੈ ਨਾ, ਇਹ ਆ ਕੇ ਬੈਠ ਕੇ ਕੋਲ ਸਾਡੀ ਟਰੇ ਪਈ ਹੈ। ਮੈਨੂੰ ਕਹਿੰਦੇ ਤੂੰ ਚਾਹ ਪੀ ਲੈ, ਤੇਰੀ ਚਾਹ ਠੰਡੀ ਹੋ ਜੂਗੀ। ਚਾਹ ਫਿਰ ਮੈਂ ਭਾਈ ਔਖੇ ਸੌਖੇ ਇਸ ਤਰ੍ਹਾਂ ਹੀ ਠੰਡੀ ਪੀਤੀ। ਮੈਂ ਕੋਈ ਗੱਲ ਨਹੀਂ, ਪਾਣੀ ਨਾ ਚਲਾ ਜਾਏ, ਕਿਉਂਕਿ ਮੇਰੇ ਕੋਲ ਸਿਰਫ 1 ਘੰਟੇ ਦਾ ਟਾਈਮ ਸੀ ਹੈ ਨਾ, 1 ਘੰਟਾ ਮੇਰੇ ਕੋਲ ਪਾਣੀ ਸੀਗਾ। ਉਹਦੇ ਵਿੱਚ ਮੈਂ ਪਾਣੀ ਵੀ ਹੱਥਾਂ ਵਾਲੇ ਵੀ ਕੱਪੜੇ ਧੋਣੇ ਸੀ, ਮਸ਼ੀਨ ਵਾਲੇ ਵੀ। ਇਹ ਦੇਖੋ ਮੈਂ ਅਲੱਗ ਅਲੱਗ ਕਰ ਰਹੀ ਹਾਂ ਸਾਰੇ ਕੱਪੜੇ, ਮੈਨੂੰ ਦੇਖੇ ਜਾਂਦੇ ਹੈ ਵੀ ਇਹ ਕੀ ਕਰੀ ਜਾਂਦੀ ਹੈਗੀ ਹੈ ਹੈ ਨਾ। ਅਤੇ ਕਿਉਂਕਿ ਜਦੋਂ ਜ਼ਿਆਦਾ ਦੇਰ ਕੋਲ ਬੈਠਦੇ ਨਾ, ਫਿਰ ਗਹਿਰਾਈ ਨਾਲ ਦੇਖਦੇ ਵੀ ਕੀ ਕਰਦੀ ਹੈਗੀ ਹੈ। ਅਤੇ ਬਹੁਤ ਸਾਰੇ, ਸੱਚੀ ਦੱਸਾਂ ਇੰਨੇ ਕੱਪੜੇ ਸੀ, ਬਹੁਤ ਹੀ ਜ਼ਿਆਦਾ ਕੱਪੜੇ ਸੀਗੇ, ਅਤੇ ਹੈਰਾਨਗੀ ਇਸ ਗੱਲ ਦੀ ਹੋ ਰਹੀ ਸੀ ਵੀ ਇੰਨੇ ਕੱਪੜੇ ਕਿੱਥੋਂ ਆ ਗਏ ਹੈ ਸਾਡੇ ਸੀ, ਅਤੇ ਹੈਰਾਨਗੀ ਇਸ ਗੱਲ ਦੀ ਹੋਈ ਜਾਂਦੀ ਸੀਗੀ। ਬਸ ਫਿਰ ਮੈਂ ਸਪੀਟਾਂ 'ਤੇ ਲੱਗ ਗਈ ਸੀਗੀ, ਮੈਂ ਕਿਹਾ ਹੁਣ ਅੰਦਰਲਾ ਕੰਮ ਦੇਖੀ ਜਾਓ, ਪਾਣੀ ਵੀ ਮੈਂ 1-2 ਵਾਰ ਨਹੀਂ ਪੀਤਾ। ਅਤੇ ਅੱਜ ਤਾਂ ਸੱਚ ਦੱਸਾਂ ਮੈਨੂੰ ਇੰਨੇ ਚੱਕਰ ਇਸ ਟਾਈਮ ਆ ਰਹੇ ਸੀ, ਕੱਪੜੇ ਤਾਂ ਮੈਂ ਧੋ ਲਏ ਸੀਗੇ ਪਰ ਕੰਬਲ ਰਹਿ ਗਿਆ ਸੀਗਾ। ਮੈਂ ਇਹ ਸੋਚਿਆ ਸੀ, ਮੈਂ ਕਿਹਾ ਕੰਬਲ ਵੀ ਅੱਜ ਧੋ ਹੀ ਦਊਂਗੀ, ਪਰ ਨਹੀਂ ਧੋਤਾ ਗਾ। ਸ਼ੁਕਰ ਹੈ ਕਿ ਇੰਨੇ ਕੱਪੜੇ ਧੋਤੇ ਗਏ। ਲਓ ਜੀ, ਕੱਪੜੇ ਧੋਤੇ, ਮੰਜਾ ਖੜਾ ਕਰਤਾ, ਸਾਰਾ ਸਮਾਨ ਇੱਧਰ ਉੱਧਰਲਾ ਚੱਕਤਾ, ਬਸ ਮੈਂ ਵਾਈਪਰ ਮਾਰਨਾ ਜਿੱਥੇ ਸਾਡੀ ਮਸ਼ੀਨ ਪਈ ਹੈਗੀ ਹੈ। ਇਹ ਫਿਰ ਮੈਂ ਤੁਹਾਨੂੰ ਮਿਲ ਰਹੀ ਸਿੱਧਾ ਦੁਪਹਿਰੇ ਹੈ ਨਾ, 12:30 ਵਜੇ ਦਾ ਟਾਈਮ ਹੈਗਾ, ਅਤੇ ਸ਼ਾਰਟ ਸੁੱਕ ਗਿਆ ਸੀ। ਮੈਂ ਕਿਹਾ ਚੱਲ ਸੀਮਾ ਆਈ ਹੋਈ ਹੈ, ਸੀਮਾ ਨੂੰ ਕਹਿ ਦਿੰਦੀ ਹਾਂ, ਜਿਹੜਾ ਵੀ ਮੋਟਾ ਮੋਟਾ ਇਸ ਤਰ੍ਹਾਂ ਵਾਲਾ ਕੰਮ ਹੁੰਦਾ ਨਾ, ਅਤੇ ਜਦੋਂ ਇਹ ਘਰੇ ਹੁੰਦੇ ਇਹਨਾਂ ਨਾਲ ਕਰਵਾ ਲੈਂਦੀ ਹਾਂ, ਅਤੇ ਜੇ ਸੀਮਾ ਆ ਗਈ ਹੈ ਨਾ, ਸੀਮਾ ਨਾਲ ਕਰਵਾ ਲੈਣੀ ਹੈਗੀ, ਕਿਉਂਕਿ 1 ਜਣੇ ਕੋਲ ਇਹ ਸ਼ਾਰਟ ਨਹੀਂ ਚੜਦਾ। ਅਤੇ ਇਹ ਸ਼ਾਰਟ ਮੈਂ ਖੁਦ ਬਣਾਇਆ ਸੀ 2 ਬੈਡਸ਼ੀਟਾਂ ਨੂੰ ਜੋੜ ਕੇ, ਅਤੇ ਇਹ ਗੱਦਾ ਨਾ ਅਸੀਂ ਮਤਲਬ ਹੋ ਗਏ 3-4 ਸਾਲ ਹੋ ਗਏ ਮੈਨੂੰ ਲੱਗਦਾ ਲਿਆਂਦੇ ਨੂੰ, 3-4 ਸਾਲ ਹੋ ਗਏ। ਅਤੇ ਮੈਂ ਨਾ ਇਹ ਸੋਚਿਆ, ਮੈਂ ਕਿਹਾ ਪਹਿਲਾਂ ਸੋਚਿਆ ਕਵਰ ਲਿਆਉਂਦੀ ਹਾਂ, ਕਵਰ ਇਹਦਾ ਗੱਦੇ ਦਾ ਮੈਨੂੰ ਪਸੰਦ ਵੀ ਨਹੀਂ ਆਇਆ। ਫਿਰ ਮੈਂ ਇਹ ਸੋਚਿਆ, ਮੈਂ ਕਿਹਾ 2 ਬੈਡਸ਼ੀਟਾਂ ਜੋੜ ਕੇ ਨਾ ਇਹਦਾ ਸ਼ਾਰਟ ਬਣਾ ਦਿੰਦੀ ਹਾਂ, ਅਤੇ 1 ਹੋਰ ਬਣਾਉਂਗੀ। ਗੱਦਾ ਬਹੁਤ ਸੇਫ ਰਹਿੰਦਾ ਇਹਦੇ ਨਾਲ ਹੈ ਨਾ, ਜਦੋਂ ਮਰਜ਼ੀ ਤੁਸੀਂ ਲਾ ਕੇ ਧੋ ਲਓ। ਲਓ ਜੀ, ਹੁਣ ਆਪਾਂ ਸਾਰਾ ਕੰਮ ਹੈ ਨਾ ਗੱਦੇ ਦਾ ਵੀ ਕਰ ਲਿਆ, ਅਤੇ ਇਹ ਅੱਜ ਮੈਂ ਸ਼ੂ ਰੈਕ ਵੀ ਧੋਤਾ ਹੈ ਨਾ। ਅਤੇ ਕਈ ਵਾਰ ਤਾਂ ਨਾ ਪਾਣੀ ਦਾ ਕੰਮ ਕਰਨ ਦਾ ਇੰਨਾ ਮਜ਼ਾ ਆਉਂਦਾ ਹੈ, ਬਹੁਤ ਹੀ ਜ਼ਿਆਦਾ, ਅਤੇ ਅੱਜ ਮੈਂ ਬਰਾਂਡਾ ਵੀ ਧੋਤਾ। ਅਤੇ ਹਫ਼ਤੇ 'ਚ 1-2 ਵਾਰੀ ਵੈਸੇ ਮੈਂ ਧੋ ਦਿੰਦੀ ਹੁੰਦੀ ਹਾਂ, ਸਵੇਰੇ ਸਵੇਰੇ ਹੀ ਧੋ ਦਿੰਦੀ ਹੁੰਦੀ ਹਾਂ ਜਦੋਂ ਬਾਥਰੂਮ ਵਗੈਰਾ ਆਪਾਂ ਧੋਂਦੇ ਹਾਂ, ਅਤੇ ਅੱਜ ਮੈਂ ਇਸ ਟਾਈਮ ਧੋਣ ਲੱਗ ਗਈ। ਮੈਂ ਕਿਹਾ ਚੱਲ ਮੈਂ ਧੋ ਦਿੰਦੀ ਹਾਂ, ਝਾੜੂ ਮਾਰ ਦਿੰਦੀ ਹਾਂ ਹੈ ਨਾ, ਅਤੇ ਸੀਮਾ ਪੋਚੇ ਮਾਰੀ ਤਾਂ ਜਾਂਦੀ ਹੈਗੀ ਹੈ। ਬਾਥਰੂਮ ਧੋ ਲਓ, ਬਰਾਂਡੇ ਧੋ ਲਓ, ਵਿਹੜੇ ਧੋ ਲਓ, ਹੈ ਨਾ, ਇਹ ਤਾਂ ਕੰਮ ਸਾਨੂੰ ਆਪ ਨੂੰ ਹੀ ਕਰਨਾ ਪੈਂਦਾ ਹੈਗਾ। ਅਤੇ ਅਸੀਂ ਸਾਰਾ ਕੰਮ ਹੀ ਅਸੀਂ ਸੋਚੀਏ ਵੀ ਇਹ ਕਰ ਦੇਣਗੇ, ਨਾ ਇਹਨਾਂ ਦੇ ਮਤਲਬ ਮਨਾ ਨਹੀਂ ਕਰਦੀ ਕਦੇ ਵੀ। ਅਤੇ ਮੈਂ ਕਿਹਾ ਸੀ ਜਿਵੇਂ ਪਿੱਛੇ ਜੇ ਮੈਂ ਤੁਹਾਨੂੰ ਦੱਸਦੀ ਹੁੰਦੀ ਸੀ ਵੀ ਵਿਹੜੇ ਵੀ ਮੈਂ ਹੀ ਧੋਨੀ ਹਾਂ ਹੈ ਨਾ, ਅਤੇ ਪਾਣੀ ਚਲਦੇ ਚਲਦੇ ਮੈਂ ਇਹ ਕੋਸ਼ਿਸ਼ ਕਰਦੀ ਹਾਂ ਕਿ ਮੈਂ ਇਹੋ ਜਿਹੇ ਕੰਮ ਕਰ ਲਾਂ, ਅਤੇ ਇਹੋ ਜਿਹੇ ਕੰਮ ਕਰ ਲੈਂਦੀ। ਦੇਖ ਲਓ ਕਿੰਨੇ ਕੱਪੜੇ ਧੋਤੇ ਹੈ, ਫਿਰ ਅੰਦਰਲਾ ਕੰਮ ਕੀਤਾ, ਨਾਸ਼ਤਾ ਬਣਾਇਆ, ਫਿਰ ਹੁਣ ਧੋਆ ਧਵਾਈ ਦਾ ਕੰਮ ਹੈ। ਅਤੇ ਇੰਨਾ ਕੰਮ ਕਰਨ ਤੋਂ ਬਾਅਦ ਅੱਜ ਮੈਂ ਵਾਸ਼ਰੂਮ ਵਗੈਰਾ ਕੋਈ ਵੀ ਸਾਫ਼ ਨਹੀਂ ਕੀਤਾ, ਅਤੇ ਇਸ ਕਰਕੇ ਬਸ ਮੈਂ ਇੱਧਰਲਾ ਹੀ ਕੰਮ ਕਰੀ ਜਾਂਦੀ ਹੈਗੀ ਹਾਂ। ਅਤੇ ਮਿੱਟੀ ਬਹੁਤ, ਡਸਟ ਇੰਨੀ ਆਉਂਦੀ ਹੈ ਨਾ ਬਹੁਤ ਹੀ। ਇਸ ਬਰਾਂਡੇ ਦੇ ਵਿੱਚ ਸਾਡੇ ਜਾਲੀਆਂ ਲੱਗੀਆਂ ਹੋਈਆਂ, ਥੋੜ੍ਹੀ ਜਿਹੀ ਹਵਾ ਆਉਂਦੀ ਹੈ, ਇਹ ਦੇਖ ਸਕਦੇ ਹੋ ਤੁਸੀਂ, ਹਜੇ ਵੀ ਨਾ ਮਤਲਬ ਪਾਣੀ ਇੱਕ ਸਮੈਲਾ ਜਿਹਾ ਨਿਕਲੀ ਜਾਂਦਾ, ਪਾਣੀ ਦੀ ਢਲਾਨ ਵੀ ਨਾ ਮਤਲਬ ਇੱਕ ਪਾਸੇ ਨੂੰ ਨਹੀਂ, ਮਤਲਬ ਕਦੇ ਕਿਤੇ ਨੂੰ ਪਾਣੀ ਜਾਂਦਾ, ਕਦੇ ਕਿਤੇ ਨੂੰ ਪਾਣੀ ਜਾਂਦਾ ਹੈ ਨਾ, ਅਤੇ ਫਿਰ ਇਸ ਤਰ੍ਹਾਂ ਸੰਭਾਲਣਾ ਜੋ ਔਖਾ ਹੋ ਜਾਂਦਾ। ਬਸ ਇਸ ਤਰ੍ਹਾਂ ਮੈਂ ਧੋ ਦਿੰਦੀ ਹਾਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ, ਅਤੇ ਬਰਾਂਡਾ ਆਪਣਾ ਹੋ ਗਿਆ ਜੀ ਸਾਫ਼ ਹੈ ਨਾ।
ਅਤੇ ਇਸ ਟਾਈਮ ਤੱਕ ਥਕਾਵਟ ਤਾਂ ਇੰਨੀ ਹੋ ਜਾਂਦੀ ਹੈ ਬਹੁਤ ਹੀ ਜ਼ਿਆਦਾ, ਅਤੇ ਇਸ ਤਰ੍ਹਾਂ ਹੋਣ ਲੱਗ ਜਾਂਦਾ ਵੀ ਬਸ ਹੁਣ ਨਾ ਰੋਟੀ ਪਾਣੀ ਬਣਿਆ ਹੋਵੇ। ਜਿਸ ਟਾਈਮ ਐਂ ਲੱਗਦਾ ਨਾ ਰੋਟੀ ਪਾਣੀ ਨਹੀਂ ਬਣਿਆ ਹੋਇਆ ਅਤੇ ਅਸੀਂ ਹਜੇ ਇਹੀ ਕੰਮ ਕਰੀ ਜਾਂਦੇ ਹਾਂ ਅਤੇ ਬਹੁਤ ਟੈਨਸ਼ਨ ਹੋ ਜਾਂਦੀ ਹੈ। ਅਤੇ ਹੁਣ ਜਿਸ ਤਰ੍ਹਾਂ ਮੈਂ ਵੋਇਸ ਓਵਰ ਕਰੀ ਜਾਂਦੀ ਹਾਂ ਨਾ, ਅਤੇ ਮੈਨੂੰ ਇਹ ਪਤਾ ਕਿ ਜਿਸ ਟਾਈਮ ਮੈਂ ਕੰਮ ਕਰੀ ਜਾਂਦੀ ਸੀਗੀ ਅਤੇ ਮੇਰੇ ਦਿਮਾਗ 'ਚ ਕੀ ਕੁਛ ਚੱਲੀ ਜਾਂਦਾ ਸੀ। ਹੁਣ ਸਾਹ ਆਇਆ ਸਫਾਈਆਂ ਕਰਾ ਕੇ, ਹੈ ਨਾ, ਸਫਾਈਆਂ ਕਰਕੇ ਸਫਾਈਆਂ ਕਰਾ ਕੇ, ਅਤੇ ਦੇਖ ਲਓ ਅੱਗੋ ਅੱਗੋ ਵੀ ਮੈਂ ਵਿਹੜਾ ਧੋਤਾ ਸੀਗਾ ਅਤੇ ਫਰਾਟਾ ਪੱਖਾ ਲਾਇਆ ਹੋਇਆ ਸੀਗਾ ਅਤੇ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀ ਪਰ ਮੈਂ ਹਵਾ ਲੈ ਰਹੀ ਸੀ। ਫਿਰ ਉਸ ਤੋਂ ਬਾਅਦ ਸਾਹਿਬ ਜੀ ਆ ਗਏ, ਹੈ ਨਾ, ਅਤੇ ਸਾਹਿਬ ਜੀ ਆਏ ਅਤੇ ਇਸ ਤਰ੍ਹਾਂ ਲੇਟ ਗਏ। ਅੱਜ ਨਾ ਮੈਨੂੰ ਇਹਨਾਂ 'ਤੇ ਵੀ ਤਰਸ ਆ ਗਿਆ। ਤੁਹਾਨੂੰ ਮੈਂ ਸੱਚ, ਕਈ ਵਾਰ ਨਾ ਮੈਂ ਇਹ ਸੋਚਦੀ ਹੁੰਦੀ ਹਾਂ, ਇਹਨਾਂ ਨੂੰ ਕਹਿੰਦੀ ਵੀ ਹੁੰਦੀ ਹਾਂ ਅਤੇ ਮੈਂ ਕਿਹਾ ਕਾਸ਼ ਮੈਂ ਕੁਛ ਕੰਮ ਕਰ ਪਾਉਂਦੀ, ਹੈ ਨਾ, ਵੀ ਆਪਾਂ ਦੋਨੋਂ ਜਾਣੇ ਘਰਸਤੀ ਚਲਾਉਂਦੇ ਅਤੇ ਮੈਨੂੰ ਕਹਿੰਦੇ ਆਪਾਂ ਦੋਨੋਂ ਹੀ ਤਾਂ ਚਲਾ ਰਹੇ ਹਾਂ। ਮੈਂ ਕਿਹਾ ਨਹੀਂ, ਮੈਂ ਇਹਨਾਂ ਨੂੰ ਕਹਿ ਦਿੰਦੀ ਹਾਂ, ਸ਼ਾਇਦ ਤੁਸੀਂ ਸਮਝ ਗਏ ਹੋਵੋਗੇ, ਹੈ ਨਾ, ਕਿ ਮੈਂ ਮਤਲਬ ਇਹ ਸੋਚਦੀ ਹਾਂ ਅਗਰ ਅਸੀਂ ਦੋ ਜਾਣੇ ਕਮਾਉਂਦੇ ਹਾਂ ਨਾ ਅਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੋ ਜਾਂਦੀ ਹੈਗੀ ਹੈ। ਅਤੇ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਘਰਸਤੀ ਦੇ ਵਿੱਚ, ਹੈ ਨਾ, ਆਪਾਂ ਸ਼ੇਅਰ ਕਰ ਦਿੰਦੇ ਹਾਂ ਪਰ ਕਿਸੇ ਟਾਈਮ ਇਸ ਤਰ੍ਹਾਂ ਵੀ ਹੋਣ ਲੱਗ ਜਾਂਦਾ ਮਨ, ਹੈ ਨਾ, ਵੀ ਬੰਦਾ ਕੀ ਦੱਸੇ, ਹੈ ਨਾ। ਅਤੇ ਬਹੁਤ ਕੁਛ ਦਿਲ ਦੇ ਵਿੱਚ ਗੱਲਾਂ ਹੈਗੀਆਂ ਅਤੇ ਜਦੋਂ ਸਾਡੀਆਂ ਚੀਜ਼ਾਂ ਪੂਰੀਆਂ ਹੋਈਆਂ ਤੁਹਾਨੂੰ ਜ਼ਰੂਰ ਦੱਸਾਂਗੇ, ਗੱਲਾਂ ਸ਼ੇਅਰ ਤੁਹਾਡੇ ਨਾਲ ਕਰਾਂਗੇ, ਠੀਕ ਹੈ। ਅਤੇ ਹਜੇ ਤਾਂ ਬਸ ਮੈਂ ਇੰਨੀ 'ਚ ਹੀ ਡਿਸਕਸ ਕਰੂੰਗੀ ਤੁਹਾਡੇ ਨਾਲ ਅਤੇ ਥੋੜ੍ਹਾ ਜਿਹਾ ਮੇਰੇ ਹਸਬੈਂਡ ਟੈਨਸ਼ਨ 'ਚ ਵੀ ਰਹਿੰਦੇ ਹੈਗੇ ਹੈ ਅਤੇ ਕੁਛ ਆਪਣੀ ਹੈਲਥ ਨੂੰ ਲੈ ਕੇ ਪਰੇਸ਼ਾਨ ਹੋ ਜਾਂਦੇ ਆ, ਬਹੁਤ ਜਲਦੀ ਪਰੇਸ਼ਾਨ ਹੋ ਜਾਂਦੇ ਆ। ਅਤੇ ਮੈਂ ਇਹਨਾਂ ਨੂੰ ਕਈ ਵਾਰ ਕਹਿ ਦਿੰਦੀ ਹਾਂ, ਮੈਂ ਕਿਹਾ ਤੁਸੀਂ ਆਪਣਾ ਧਿਆਨ ਆਪਣੇ ਆਪ ਨਹੀਂ ਰੱਖ ਸਕਦੇ, ਹੈ ਨਾ, ਖਾਣਾ ਪੀਣਾ। ਅਤੇ ਮੈਨੂੰ ਕਹਿੰਦੇ ਤੂੰ ਹੈਗੀ ਹੈ ਨਾ, ਮੈਂ ਆਪਣੇ ਮਨ 'ਚ ਇਹ ਸੋਚਦੀ ਹੁੰਦੀ ਹਾਂ, ਮੈਂ ਕਿਹਾ ਦੇਖੋ ਜੇ ਮੈਂ ਘਰ ਚਲਾਉਂਦੀ ਹਾਂ, ਹੈ ਨਾ, ਅਤੇ ਮੇਰੇ ਹਸਬੈਂਡ ਨੂੰ ਇਹ ਹੈ ਕਿ ਇਹ ਘਰ ਚਲਾ ਲੈਂਦੀ ਹੈਗੀ ਹੈ, ਪਰ ਕਹਿੰਦੇ ਆ ਨਾ ਇੰਨੀ ਹਿੰਮਤ ਤਾਂ, ਮਤਲਬ ਇੰਨਾ ਹੌਸਲਾ ਤਾਂ ਮੈਨੂੰ ਦੇ ਹੀ ਦਿੰਦੇ ਹੈਗੇ ਆ ਕਿ ਤੂੰ ਘਰ ਚਲਾਉਂਦੀ ਹੈ। ਲਓ ਜੀ, ਘਰ ਚਲਾਉਣ ਦੀ ਗੱਲ ਆਈ ਨਾ, ਅਤੇ ਇਹ ਭਾਈ ਪਤਾ ਨਹੀਂ ਤਿੱਤਲੀ ਹੈ ਕਿ ਕੀ ਹੈ, ਤੁਸੀਂ ਆਪ ਦੇਖ ਲਓ, ਮੇਰੇ ਹੱਥ ਦੇ ਉੱਪਰ ਆ ਕੇ ਨਾ ਇਸ ਤਰ੍ਹਾਂ ਬੈਠ ਗਿਆ ਅਤੇ ਮੈਂ ਮੁੱਠੀ ਬੰਦ ਕੀਤੀ, ਫਿਰ ਇਹਨੂੰ ਮੈਂ ਉਡਾਇਆ ਹੀ ਬਾਹਰ ਬਾਹਰ ਉਡਾਤਾ ਭਾਈ ਮੈਂ ਕੱਪੜੇ ਵੀ, ਫਿਰ ਮੈਂ ਨਹਾ ਧੋ ਕੇ ਆ ਚੁੱਕੀ ਸੀ, ਹੈ ਨਾ, ਅਤੇ 5-10 ਮਿੰਟ ਵੀ ਮੈਂ ਰੈਸਟ ਨਹੀਂ ਲਿੱਤਾ ਅੱਜ, ਅਤੇ ਨਾਲ ਦੀ ਨਾਲ ਹੀ ਮੈਂ ਕੱਪੜੇ ਉਲਟਾਈ ਪਲਟਾਈ ਜਾਂਦੀ ਸੀ, ਨਾਲ ਦੀ ਨਾਲ ਹੀ ਮੈਂ ਤੈਅ ਮਾਰੀ ਜਾਂਦੀ ਸੀ, ਅਤੇ ਦੇਖ ਲਓ, ਹੈ ਨਾ, ਕਿੰਨੇ ਕੱਪੜੇ ਸੀ ਅਤੇ ਕਿੰਨੇ ਮੈਂ ਸੁਕਾ ਕੇ ਅੰਦਰ ਰੱਖੇ ਆ ਅਤੇ ਕਿੰਨੇ ਹੁਣ ਚੱਕਣੇ ਆ, ਹੁਣ ਵੀ ਚੱਕਣ ਵਾਲੇ ਪਏ ਆ, ਇੰਨੇ ਕੱਪੜੇ ਸੀ। ਅਤੇ ਕੱਪੜੇ ਕੱਪੜਿਆਂ ਦਾ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਹੈ। ਅਤੇ ਅੱਜ ਮੈਂ ਇਹਨਾਂ ਨੂੰ ਕਿਹਾ ਸੀ, ਕਹਿ ਵੀ ਆਈ ਸੀ ਮੈਂ ਇਹਨਾਂ ਨੂੰ, ਮੈਂ ਕਿਹਾ ਅੱਜ ਮੈਂ ਰੋਟੀ ਨਹੀਂ ਬਣਾਊਂਗੀ ਅਤੇ ਅੱਜ ਮੈਂ ਬਹੁਤ ਥੱਕ ਗਈ ਅਤੇ ਅੱਜ ਕੁਛ ਹਲਕਾ ਫੁਲਕਾ ਖਾ ਲਵਾਂਗੇ। ਛੋਲੇ ਉਬਾਲਤੇ ਸੀ ਮੈਂ ਸਵੇਰੇ, ਮੈਂ ਇਹ ਸੋਚਿਆ ਸੀਗਾ, ਮੈਂ ਕਿਹਾ ਚੱਲ ਛੋਲੇ ਬਣਾ ਲਵਾਂਗੇ, ਨਾਲ ਚਾਵਲ ਬਣਾ ਲਵਾਂਗੇ ਅਤੇ ਨਾਲ ਫਿਰ ਰੋਟੀ ਬਣਾ ਲਵਾਂਗੇ। ਅਤੇ ਅੱਜ ਮੇਰੀ ਹਿੰਮਤ ਨਹੀਂ ਸੀ, ਬਸ ਸਕੂਨ ਦੇ ਨਾਲ ਇਹ ਸੀ ਕਿ ਮੈਂ ਕੱਪੜੇ ਸੁਕਾ ਲੂੰਗੀ ਅਤੇ ਬਸ ਇਸ ਤੋਂ ਬਾਅਦ ਫਿਰ ਦੇਖ ਲਓ ਜੀ, ਮੈਂ ਕੱਪੜੇ ਕੁੱਪੜੇ ਸੰਭਾਲੇ, ਹੈ ਨਾ, ਜਿੰਨੇ ਕੁ ਵੀ ਸੰਭਾਲੇ ਗਏ। ਅਤੇ ਮੈਂ ਇਹਨਾਂ ਨੂੰ ਪੁੱਛਿਆ ਭੁੱਖ ਤਾਂ ਨਹੀਂ ਲੱਗੀ, ਮੈਨੂੰ ਕਹਿੰਦੇ ਨਹੀਂ ਲੱਗੀ, ਮੈਂ ਕਿਹਾ ਚਲੋ ਠੀਕ ਹੈ, ਪਰ ਮੈਂ ਕਿਹਾ ਅੱਜ ਮੈਂ ਬਣਾਊਂਗੀ ਨਹੀਂ। ਕਿਸੇ ਟਾਈਮ ਨਾ ਆਪਾਂ ਪਹਿਲਾਂ ਹੀ ਦੱਸ ਦਿੰਦੇ ਹਾਂ, ਪਲੈਨਿੰਗ ਪਹਿਲਾਂ ਹੀ ਆਪਣੇ ਮਨ ਨਾਲ ਕਰ ਲੈਂਦੇ ਹਾਂ। ਅਤੇ ਲਓ ਜੀ, ਪ੍ਰੋਗਰਾਮ ਫਿਰ ਮੈਂ ਬਣਾਇਆ, ਪ੍ਰੋਗਰਾਮ ਕੀ ਖਾਣੇ ਦਾ ਪ੍ਰੋਗਰਾਮ ਬਣਾਇਆ, ਫਿਰ ਮੈਂ ਨਾ ਛੋਲੇ ਲੈ ਕੇ ਵਿੱਚ ਪਿਆਜ਼ ਟਮਾਟਰ, ਹੈ ਨਾ, ਖੀਰਾ ਤਰ ਅਤੇ ਗਾਜਰ ਪਾ ਕੇ ਇਸ ਤਰ੍ਹਾਂ ਬਰੀਕ ਬਰੀਕ ਚੋਪ ਕਰਕੇ ਫਿਰ ਮੈਂ ਪਲੇਟ 'ਚ ਪਾ ਕੇ ਲਿਆਈ। ਮੈਂ ਕਿਹਾ ਅੱਜ ਇਹੀ ਲੰਚ ਖਾਵਾਂਗੇ, ਮੈਂ ਕਿਹਾ ਸਵਾਦ ਬਣਿਆ। ਕਹਿੰਦੇ ਬਸ ਮੈਂ ਇੱਕੋ ਵਾਰੀ ਦੱਸੂਗਾ, ਬਾਰ ਬਾਰ ਵੀ ਦੱਸਦਾ। ਮੈਂ ਕਿਹਾ ਠੀਕ ਹੈ, ਮੈਂ ਕਿਹਾ ਹੋਰ ਹੀ ਨਾ ਲੜਾਈ ਹੋ ਜਾਵੇ, ਹੈ ਨਾ। ਅਤੇ ਇਸ ਵੀਡੀਓ ਦਾ ਪੈਂਡ ਇੱਥੇ ਕਰਾਂਗੇ, ਹੁਣ ਥੋੜ੍ਹੀ ਜਿਹੀ ਮੈਂ ਤੁਹਾਡੇ ਨਾਲ ਕਰਦੀ ਹਾਂ ਗੱਲਬਾਤ। ਲਓ ਜੀ, ਵੀਡੀਓ ਦੇਖ ਲਈ ਤੁਸੀਂ, ਅਤੇ ਤੁਸੀਂ ਮੇਰੇ ਝੁਮਕੇ ਵੀ ਦੇਖੋ ਕਿਸ ਤਰ੍ਹਾਂ ਲੱਗਦੇ। ਕੱਲ੍ਹ ਮੈਂ ਲੈ ਕੇ ਆਈ ਸੀਗੀ,
ਇਹ ਦੇਖੋ, ਮੈਂ ਕਿਹਾ ਪਾ ਕੇ ਦਿਖਾ ਦਿੰਦੀ ਹਾਂ, ਹੈ ਨਾ, ਵੈਸੇ ਤਾਂ ਪਤਾ ਵੀ ਨਹੀਂ ਚੱਲਦਾ ਹੈਗਾ। ਅਤੇ ਅੱਜ ਮੈਂ ਵਾਈਟ ਡਰੈੱਸ ਪਾਈ ਸੀ, ਮੈਂ ਵਾਈਟ ਦੁਪੱਟਾ ਲਿਆ ਇਹਦੇ ਨਾਲ, ਅਤੇ ਲੈਗਿੰਗ ਮੈਂ ਬਲੂ ਕਲਰ ਦੀ ਹੀ ਪਾਈ ਹੈਗੀ ਹੈ, ਸ਼ਾਇਦ ਤੁਸੀਂ ਵੀਡੀਓ ਦੇ ਵਿੱਚ ਧਿਆਨ ਦਿੱਤਾ ਹੋਊਗਾ। ਅਤੇ ਮੈਨੂੰ ਬਹੁਤ ਲੋੜ ਸੀ ਇਹਨਾਂ ਝੁਮਕਿਆਂ ਦੀ, ਅਤੇ ਮੈਨੂੰ ਪਸੰਦ ਆ ਗਏ, ਹੈ ਨਾ। ਕਿਸੇ ਟਾਈਮ ਇਸ ਤਰ੍ਹਾਂ ਹੁੰਦਾ ਕਿ ਆਪਾਂ ਚੀਜ਼ ਲੱਭ ਲਈਏ ਨਾ, ਅਤੇ ਸਾਨੂੰ ਨਹੀਂ ਮਿਲਦੀ, ਅਚਾਨਕ ਚੀਜ਼ ਮਿਲ ਜਾਂਦੀ ਹੈ। ਇਹ ਝੁਮਕੇ ਮੈਨੂੰ ਅਚਾਨਕ ਹੀ ਮਿਲ ਗਏ, ਬਹੁਤ ਅੱਛੇ ਝੁਮਕੇ ਲੱਗਦੇ ਆ ਮੈਨੂੰ, ਬਹੁਤ ਹੀ ਜ਼ਿਆਦਾ। ਸੋਰੀ, ਵੈਸੇ ਵੀ ਲਾਈਟ ਵੇਟ ਹੈਗੇ ਆ, ਅਤੇ ਬਹੁਤ ਜਲਦੀ ਤੁਹਾਨੂੰ ਅਸੀਂ ਖੁਸ਼ਖਬਰੀ ਸੁਣਾਵਾਂਗੇ, ਹੈ ਨਾ। ਅਤੇ ਚੈਨਲ ਦਾ ਟਾਈਮ ਮੇਰਾ ਵਾਚ ਹੋਣ ਵਾਲਾ ਹੈਗਾ, ਹੈ ਨਾ। ਟਾਈਮ ਵਾਚ ਕਰਨ ਲੱਗੇ ਬਹੁਤ ਟਾਈਮ ਲੱਗ ਗਿਆ ਮੈਨੂੰ, ਮੈਂ ਤੁਹਾਨੂੰ ਸੱਚ ਦੱਸਾਂ। ਯੂਟਿਊਬ 'ਤੇ ਆ ਕੇ ਬਹੁਤ ਮਿਹਨਤ ਕੀਤੀ ਹੈ ਮੈਂ, ਤੁਹਾਨੂੰ ਮੈਂ ਸੱਚ ਦੱਸ ਰਹੀ ਹਾਂ, ਆਪਣੇ ਦਿਲ ਦੀ ਗੱਲ ਦੱਸ ਰਹੀ ਹਾਂ ਮੈਂ। ਯੂਟਿਊਬ ਬਾਰੇ ਮੈਨੂੰ ABC ਵੀ ਨਹੀਂ ਪਤਾ ਹੁੰਦੀ ਸੀਗੀ ਕਿ ਯੂਟਿਊਬ 'ਤੇ ਆ ਕੇ, ਹੈ ਨਾ, ਕਿਸ ਤਰ੍ਹਾਂ ਦੇ ਗਾਣੇ ਗਾਣੇ ਹੈ, ਜਾਂ ਕੀ ਅੱਗੇ ਐਕਟ ਲੈ ਕੇ ਆਉਣਾ, ਜਾਂ ਕੀ ਮਤਲਬ ਚੈਨਲ ਨੂੰ ਕਿਸ ਤਰ੍ਹਾਂ ਆਪਾਂ ਗਰੋ ਕਰਨਾ ਹੈਗਾ। ਅਤੇ ਬਸ ਯੂਟਿਊਬ ਦਾ ਇਹੀ ਹੈ ਕਿ ਅਗਰ ਅਸੀਂ ਯੂਟਿਊਬ ਦੇ ਨਾ, ਹੈ ਨਾ, ਯੂਟਿਊਬ 'ਤੇ ਆ ਗਏ, ਅਤੇ ਜਿੰਨਾ ਅਸੀਂ ਯੂਟਿਊਬ ਨੂੰ ਗਹਿਰਾਈ ਤੋਂ ਸਮਝਾਂਗੇ ਨਾ, ਡੁਬਕੀ ਮਾਰੀ ਜਾਵਾਂਗੇ, ਉਸ ਟਾਈਮ ਹੀ ਉਸ ਚੀਜ਼ ਦਾ ਪਤਾ ਚੱਲਦਾ ਹੈਗਾ, ਹੈ ਨਾ। ਅਤੇ ਬਿਨਾਂ ਸਟਰਗਲ ਕੀਤੇ, ਬਿਨਾਂ ਕਿਸੇ ਚੀਜ਼ ਦੇ ਵਿੱਚ ਡੁੱਬੇ, ਸਾਨੂੰ ਡੁਬਕੀ ਦਾ ਗਹਿਰਾਈ ਦਾ ਪਤਾ ਨਹੀਂ ਚੱਲਦਾ। ਅਤੇ ਇਹ ਨਾ ਸੋਚੋ ਕਿ ਸ਼ਾਇਦ ਮੈਨੂੰ ਸਾਰਾ ਕੁਛ ਪਤਾ ਹੈਗਾ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ, ਹੈ ਨਾ। ਮੈਨੂੰ ਕੁਛ ਵੀ ਨਹੀਂ ਸੀ ਪਤਾ ABC, ਕੁਛ ਵੀ ਨਹੀਂ ਸੀ ਚੈਨਲ ਬਾਰੇ ਪਤਾ, ਕਿਸ ਤਰ੍ਹਾਂ ਚੈਨਲ ਦੇ ਵਿੱਚ ਆਉਣਾ ਅਤੇ ਕਿਸ ਤਰ੍ਹਾਂ ਅਸੀਂ ਚੈਨਲ ਨੂੰ ਚਲਾਉਣਾ। ਬਸ ਮੈਨੂੰ ਗਾਣਿਆਂ ਦਾ ਸ਼ੌਂਕ ਸੀ, ਡਾਂਸਿੰਗ ਦਾ ਸ਼ੌਂਕ ਸੀਗਾ, ਜਿਹੜੀ ਤੁਸੀਂ ਮੇਰੀ ਪਿਛਲੀ ਜਿਨ੍ਹਾਂ ਨੇ ਵੀਡੀਓ ਦੇਖੀ ਹੈ, ਮੈਨੂੰ ਪਤਾ ਵੀ ਨਹੀਂ ਸੀਗਾ ਕਿ ਅਸੀਂ, ਹੈ ਨਾ, ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਨਾਲ ਬੋਲਦੀ ਹਾਂ ਨਾ, ਇਸ ਤਰ੍ਹਾਂ ਮੈਂ ਘਰ ਦੇ ਵਿੱਚ ਹੀ ਬੋਲਦੀ ਸੀ। ਯੂਟਿਊਬ 'ਤੇ ਜਦੋਂ ਮੈਂ ਬੋਲਦੀ ਸੀ, ਮੈਨੂੰ ਇਸ ਤਰ੍ਹਾਂ ਸੀਗਾ ਕਿ ਮਤਲਬ ਸ਼ਾਇਦ ਯੂਟਿਊਬ ਵੱਲ ਮਤਲਬ ਜਿਹੜੇ ਵਿਊਜ਼ ਆਉਂਦੇ ਇਸ ਤਰ੍ਹਾਂ ਬੋਲਣ ਨਾਲ ਆਉਂਦੇ ਆ, ਮੈਨੂੰ ਨਹੀਂ ਪਤਾ ਸੀਗਾ। ਪਰ ਜਿਸ ਤਰ੍ਹਾਂ ਮੈਂ ਹੌਲੀ 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 ਹੌਲੀ, ਹੈ ਨਾ, ਨੋਰਮਲ ਉਸ ਚੀਜ਼ ਨੂੰ ਲੈ ਕੇ ਆਉਣ ਲੱਗ ਗਈ, ਜਿਸ ਚੀਜ਼ ਨੂੰ ਆਪਾਂ ਸੋਚੀਏ ਨਾ, ਅਸੀਂ ਉੱਚੀ ਟਾਹਣੀ ਉਹਨੂੰ ਅਸੀਂ ਫੜ ਲਈਏ, ਹੈ ਨਾ, ਟਾਹਣੀ ਦੇ ਉੱਪਰ ਵੀ ਪਹੁੰਚਣ ਲੱਗੇ ਆਪਾਂ ਨੂੰ ਨਾ ABC ਦੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ। ਸੋ ਉਹ ਪੌੜੀਆਂ ਮੈਂ ਚੜ੍ਹੀਆਂ, ਅਤੇ ਮੈਂ ਜ਼ਿਆਦਾ ਗੱਲ ਨਹੀਂ ਕਰੂੰਗੀ। ਅਤੇ ਯੂਟਿਊਬ 'ਤੇ ਆ ਕੇ ਮੈਂ ਇਹੀ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਹਾਂ ਕਿ ਤੁਸੀਂ ਸਾਰੇ ਜਣੇ ਮੇਰੇ ਨਾਲ ਜੁੜੇ ਔਰ ਮੈਨੂੰ ਇੰਨਾ ਪਿਆਰ ਦਿੱਤਾ, ਅਤੇ ਜਿਸ ਦੇ ਕਰਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ, ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ। ਅਤੇ ਹੁਣ ਵੀ ਥੋੜ੍ਹੇ ਦਿਨ ਹੋ ਗਏ, ਮੈਂ ਇੱਕ ਮੈਸੇਜ, ਕਿਉਂਕਿ ਅੱਜ ਵੀ ਮੈਂ ਜਿਹੜੇ ਕੱਲ੍ਹ ਮੈਸੇਜ ਆਏ ਸੀਗੇ ਸਵੇਰੇ ਨਹੀਂ ਰੀਡ ਕਰ ਪਾਈ, ਕਿਉਂਕਿ ਮੈਂ ਸਵੇਰੇ ਉੱਠ ਕੇ ਕੱਪੜੇ ਧੋਣ ਲੱਗ ਗਈ ਅਤੇ ਬਹੁਤ ਜ਼ਿਆਦਾ ਕੱਪੜੇ ਹੋਏ ਪਏ ਸੀ। ਅੱਜ ਤਾਂ ਮੈਂ ਇੰਨੀ ਥੱਕ ਗਈ ਨਾ, ਸਾਡੀ ਆਪਸ ਦੇ ਵਿੱਚ ਵੀ ਤੂੰ ਮੈਂ ਹੋ ਗਈ, ਕਿਉਂਕਿ ਕਈ ਵਾਰ ਨਾ ਮੈਂ ਕੱਪੜੇ ਧੋਨੀ ਹੈ, ਮੈਨੂੰ ਖੁਦ ਨੂੰ ਨਹੀਂ ਪਤਾ ਚੱਲਦਾ, ਅਤੇ ਮੈਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈਗੀ ਹੈ, ਅਤੇ ਮੇਰੇ ਹਸਬੈਂਡ ਨਾ ਇੱਕ ਦੋ ਵਾਰੀ ਮੈਨੂੰ ਪਾਣੀ ਦੇ ਦਿੰਦੇ ਹੁੰਦੇ ਹੈ, ਅਤੇ ਜਦੋਂ ਮੈਂ ਬਾਹਰੋਂ ਆਈ ਭਾਈ ਮੈਨੂੰ ਚੱਕਰ ਆਉਣ ਲੱਗ ਗਏ, ਇੰਨੇ ਚੱਕਰ ਆਉਣ ਲੱਗ ਗਏ, ਮੇਰੀ ਅੱਖਾਂ ਮੂਹਰੇ ਨਹਿਰ ਆਉਣ ਲੱਗ ਗਿਆ। ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਮਾੜਾ ਜਿਹਾ ਦੇਖ ਹੀ ਲੈਂਦੇ, ਮੈਂ ਇੰਨੇ 3 ਵਾਰੀ ਤਾਂ ਤੁਸੀਂ ਦੇਖੋ ਮੈਂ ਮਸ਼ੀਨ 'ਚ ਪਾਣੀ ਬਦਲਿਆ ਹੈਗਾ, ਹੈ ਨਾ, 3 ਵਾਰੀ ਉਹ ਧੋਤੇ, ਫਿਰ ਉਸ ਤੋਂ ਬਾਅਦ ਹੱਥਾਂ ਵਾਲੇ ਧੋਤੇ, ਅਤੇ ਹੈਵੀ ਗੱਦੇ ਦਾ ਸ਼ਾਰ ਤੁਸੀਂ ਦੇਖਿਆ ਧੋਤਾ, ਹੈ ਨਾ, ਅਤੇ ਬੈੱਡਸ਼ੀਟ ਧੋਤੀ ਹੈ, ਚਲੋ ਕੋਈ ਨਹੀਂ ਮਸ਼ੀਨ ਨੇ ਧੋਣਾ, ਪਰ ਫਿਰ ਵੀ, ਹੈ ਨਾ, ਆਪਾਂ ਨਿਚੋੜਨੇ ਤਾਂ ਹੈ ਨਾ। ਅਤੇ ਮੇਰੇ ਇੰਨੇ ਮੋਢੇ ਭਾਈ ਦੁਖਣ ਲੱਗ ਗਏ, ਬਹੁਤ ਹੀ ਜ਼ਿਆਦਾ ਦੁਖਣ ਲੱਗ ਗਏ, ਅਤੇ ਮੈਂ ਇਹੀ ਕਹੂੰਗੀ, ਮੈਂ ਸੱਚ ਗੱਲ ਕਰ ਰਹੀ ਸੀਗੀ। ਫਿਰ ਮੈਂ ਰਿਪਲਾਈ ਦਿੱਤਾ, ਸ਼ਾਇਦ ਦੁਪਹਿਰੇ ਦਿੱਤਾ, ਹੈ ਨਾ, ਸਾਰੇ ਮੈਸੇਜ ਦਾ ਰਿਪਲਾਈ ਮੈਂ ਦੁਪਹਿਰੇ ਦਿੱਤਾ, ਨਹੀਂ ਤਾਂ ਸਵੇਰੇ ਉੱਠਣ ਸਾਰੀ ਮੈਂ ਦੇ ਦਿੰਦੀ ਹੁੰਦੀ ਹਾਂ।
ਅਤੇ ਇੱਕ ਮੈਸੇਜ ਆਇਆ ਸੀ, 3-4 ਦਿਨ ਹੋ ਗਏ, ਨਾਮ ਤਾਂ ਨਹੀਂ ਸ਼ੋ ਹੋਇਆ ਮੈਨੂੰ, ਅਤੇ ਕਹਿ ਰਹੇ ਸੀ ਤੁਹਾਡਾ ਵਲੋਗ ਬਹੁਤ ਅੱਛਾ, ਥੈਂਕ ਯੂ ਸੋ ਮੱਚ, ਹੈ ਨਾ, ਸ਼ੁਕਰ ਹੈ ਪਰਮਾਤਮਾ ਦਾ, ਹੈ ਨਾ। ਕਹਿੰਦੇ ਨਾ ਉਮੀਦ ਰੱਖੋ, ਹੌਂਸਲਾ ਰੱਖੋ, ਹੈ ਨਾ, ਅਤੇ ਆਪਣਾ ਕੰਮ ਲਗਨ ਨਾਲ ਕਰੋ। ਜਿਸ ਤਰ੍ਹਾਂ ਰਜਨੀ ਜੀ ਨੇ ਬੋਲਿਆ ਸੀਗਾ ਕਿ ਤੁਸੀਂ ਤੁਹਾਡੀ ਮਿਹਨਤ ਸਫਲ ਹੋਵੇ, ਥੈਂਕ ਯੂ ਸੋ ਮੱਚ ਰਜਨੀ ਜੀ, ਤੁਸੀਂ ਇੰਨਾ ਮੇਰੇ ਵਾਸਤੇ, ਹੈ ਨਾ, ਪ੍ਰੇ ਕੀਤੀ, ਮੇਰਾ ਦਿਲ ਬਹੁਤ ਖੁਸ਼ ਹੋਇਆ, ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਅਤੇ ਮੈਂ ਸੱਚ ਦੱਸਾਂ, ਕਈ ਵਾਰ ਨਾ ਮੈਂ ਇਮੋਸ਼ਨਲ ਹੋ ਜਾਂਦੀ ਹਾਂ, ਅਤੇ ਜਿਸ ਤਰ੍ਹਾਂ ਕਹਿੰਦੇ ਹਾਂ ਨਾ, ਆਪਾਂ ਸੋਚੀਏ ਕਿ ਯੂਟਿਊਬ 'ਤੇ ਆ ਕੇ, ਹੈ ਨਾ, ਆਪਾਂ ਫਟਾਫਟ ਮੰਜ਼ਿਲ ਨੂੰ ਹਾਸਿਲ ਕਰ ਲਵਾਂਗੇ। ਯੂਟਿਊਬ ਦਾ ਜਿਹੜਾ ਸਟਰਗਲ ਹੈ ਔਰ ਜਿਹੜਾ ਸਫ਼ਰ ਹੈ ਨਾ ਯੂਟਿਊਬ ਦਾ, ਉਹ ਸਟਰਗਲ ਕਰਨ ਤੋਂ ਬਾਅਦ ਹੀ ਅਸੀਂ ਸਫ਼ਰ ਮਤਲਬ ਤੈਅ ਕਰਨਾ ਸ਼ੁਰੂ ਕਰਦੇ ਹੈਗੇ ਹਾਂ। ਜਿਸ ਤਰ੍ਹਾਂ ਕੋਈ ਟਾਹਣੀ ਨੂੰ ਆਪਾਂ, ਹੈ ਨਾ, ਕੁਛ ਲੱਗਿਆ ਹੋਵੇ, ਆਪਾਂ ਉੱਚੇ ਚੜ੍ਹਦੇ ਹਾਂ ਨਾ, ਅਤੇ ਪੌੜੀਆਂ ਲਾਉਂਦੇ ਹਾਂ, ਹੈ ਨਾ, ਅਤੇ ਪੌੜੀਆਂ ਨੂੰ ਲਗਾਉਂਦੇ ਹਾਂ, ਪੌੜੀ ਨੂੰ ਲਗਾਉਂਦੇ ਹਾਂ, ਅਤੇ ਸਟੈਪ 1, ਸਟੈਪ 2, ਸਟੈਪ 3, ਸਟੈਪ 4, ਇਸ ਤਰ੍ਹਾਂ ਹੀ ਯੂਟਿਊਬ ਦਾ ਸਫ਼ਰ ਹੈਗਾ। ਅਤੇ ਜਿਵੇਂ ਜਿਵੇਂ ਅਸੀਂ ਇਹਦੇ ਵਿੱਚ ਗਹਿਰਾਈ ਦੇ ਵਿੱਚ ਡੁੱਬਾਂਗੇ, ਉਵੇਂ ਉਵੇਂ ਹੀ ਸਾਨੂੰ ਪਤਾ ਚੱਲਦਾ ਹੈਗਾ। ਅਤੇ ਟਾਈਮ ਮੇਰਾ ਵਾਚ ਹੋਣ ਵਾਲਾ ਹੈਗਾ, ਅਤੇ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਬਹੁਤ ਜਲਦੀ ਅਸੀਂ ਤੁਹਾਨੂੰ ਖੁਸ਼ਖਬਰੀ ਦੇਵਾਂਗੇ, ਠੀਕ ਹੈ। ਅਤੇ ਬਹੁਤ ਮਿਹਨਤ ਹੈ ਇਸ ਚੈਨਲ ਨੂੰ, ਹੈ ਨਾ, ਮਤਲਬ ਕੋਈ ਵੀ ਯੂਟਿਊਬ 'ਤੇ ਆਉਂਦਾ ਉਹਨਾਂ ਨੂੰ ਪਤਾ ਹੋਏਗਾ ਕਿ ਚੈਨਲ ਚਲਾਉਣਾ ਸੌਖਾ ਨਹੀਂ ਹੈ। ਇਸ 'ਤੇ ਉੱਪਰ ਨਾ ਫਿਰ ਕਿਸੇ ਟਾਈਮ ਮੈਂ ਗੱਲ ਕਰੂੰਗੀ, ਹੈ ਨਾ, ਵੀਡੀਓ ਜ਼ਿਆਦਾ ਲੰਬੀ ਹੋ ਜੂਗੀ, ਅਤੇ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ। ਔਰ ਕਈ ਵਾਰ ਇਸ ਤਰ੍ਹਾਂ ਹੈ ਨਾ ਕਿ ਆਪਾਂ ਵਿੱਚ ਵਿਚਾਲੇ ਛੱਡ ਵੀ ਨਹੀਂ ਸਕਦੇ। 2-3 ਵਾਰ ਤਾਂ ਮੈਂ ਡਿਸੀਜ਼ਨ ਲੈ ਲਿਆ ਸੀ ਮੈਂ ਨਹੀਂ ਚੈਨਲ ਚਲਾਉਣਾ ਹੈਗਾ, ਕਿਉਂਕਿ ਸਾਡਾ ਸਾਰਾ ਟਾਈਮ ਹੀ ਇਸ ਦੇ ਉੱਪਰ ਲੱਗਦਾ ਹੈਗਾ, ਹੈ ਨਾ। ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਬੰਦ ਕਰ ਦੂੰਗੀ ਚੈਨਲ, ਮੈਂ ਨਹੀਂ, ਜਿੰਨੇ ਵਿਊਜ਼ ਆਏ ਠੀਕ ਹੈ। ਅਤੇ ਮੈਨੂੰ ਕਹਿੰਦੇ ਹੁਣ ਤੂੰ ਮਤਲਬ ਨੇੜੇ ਪਹੁੰਚਣ ਵਾਲੀ ਹੈ, ਹੁਣ ਤੂੰ ਛੱਡ ਦੇਂਗੀ ਮੈਨੂੰ, ਕਹਿੰਦੇ। ਮੈਂ ਕਿਹਾ ਮੈਨੂੰ ਨਹੀਂ ਪਤਾ, ਮੈਂ ਕਿਹਾ ਮੇਰੇ ਤੋਂ, ਮੈਂ ਬਿਮਾਰ ਹੋਣ ਦੀ ਵਜ੍ਹਾ ਨਾਲ ਨਾ ਮੈਂ ਘਬਰਾ ਜਾਂਦੀ ਹਾਂ ਬੜੀ ਜਲਦੀ। ਬਿਮਾਰ ਕੀ, ਬਸ ਬਿਮਾਰ ਤਾਂ ਨਹੀਂ ਆ ਮੈਂ, ਟੱਚ ਵੁੱਡ, ਪਰਮਾਤਮਾ ਦਾ ਸ਼ੁਕਰ ਹੈ ਕਿ ਬਿਮਾਰ ਨਹੀਂ ਆ। ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਇਹ ਫਾਇਦਾ ਹੋ ਗਿਆ ਕਿ ਮੈਂ ਬਹਿੰਦੀ ਨਹੀਂ ਹੈਗੀ, ਹੈ ਨਾ, ਅਤੇ ਨਹੀਂ ਤਾਂ ਮੈਂ ਲੇਟੀ ਰਹਿੰਦੀ ਸੀ ਜਿਵੇਂ ਵੀਡੀਓ ਦੇ ਵਿੱਚ ਦੱਸਦੀ ਹੁੰਦੀ ਹਾਂ। ਅਤੇ ਜ਼ਿਆਦਾ ਗੱਲ ਨਹੀਂ ਕਰਾਂਗੇ, ਬਾਕੀ ਕੱਲ੍ਹ ਗੱਲ ਕਰਾਂਗੇ, ਠੀਕ ਹੈ। ਕੱਲ੍ਹ ਨੂੰ ਮਿਲਦੇ, ਚੁੰਕੇ ਮੇਰੇ ਜ਼ਰੂਰ ਦੱਸਿਓ, ਠੀਕ ਹੈ। ਸੋਹਣੇ ਲੱਗਦੇ ਆ, ਮੈਨੂੰ ਤਾਂ ਇੱਦਾਂ ਦੇ ਹੀ ਪਸੰਦ ਹੈਗੇ ਆ। ਓਕੇ ਜੀ, ਬਾਏ ਬਾਏ, ਕੱਲ੍ਹ ਨੂੰ ਫਿਰ ਮਿਲਾਂਗੇ। ਦਿਲ ਤੋਂ ਸ਼ੁਕਰਗੁਜ਼ਾਰ ਹਾਂ ਫਿਰ ਤੁਹਾਡਾ ਸਾਰਿਆਂ ਦਾ। ਅਤੇ ਅਨੂ ਜੀ, ਟ੍ਰੈਨਿੰਗ ਦੱਸੋ ਮੈਨੂੰ ਅੱਜ। ਵੈਸੇ ਵੀ ਮੈਂ ਦੱਸ ਰਹੀ ਹਾਂ, ਜਿਸ ਤਰ੍ਹਾਂ ਅਨੂ ਜੀ ਦਾ ਮੈਸੇਜ ਆਇਆ ਥਰੈਡਿੰਗ, ਔਰ ਮੈਂ ਵੀ ਨਾ ਆਪਣੀ ਐਨੀਵਰਸਰੀ 'ਤੇ ਕਰਵਾਈ ਸੀ, 5 ਤਰੀਕ ਨੂੰ, 5 ਅਪ੍ਰੈਲ ਨੂੰ ਮੈਂ ਥਰੈਡਿੰਗ ਕਰਵਾਈ ਸੀ, ਅਪਰ ਲਿਪ ਕਰਵਾਏ ਸੀਗੇ, ਅਤੇ ਉਸ ਤੋਂ ਬਾਅਦ ਹੁਣ ਕਰਵਾਏ ਹੈਗੇ ਆ। ਅਤੇ ਸੱਚਮੁੱਚ ਤੁਸੀਂ ਖੁਦ ਦੇਖ ਸਕਦੇ ਹੋ, ਹੈ ਨਾ, ਕੁਛ ਵੀ ਹੋਰ ਨਹੀਂ ਕਰਾਇਆ, ਮੈਂ ਥਰੈਡਿੰਗ ਕਰਵਾਈ ਔਰ ਮੈਂ ਅਪਰ ਲਿਪ ਕਰਵਾਏ। ਅਤੇ ਬਸ ਅੱਜ ਥੋੜ੍ਹਾ ਜਿਹਾ ਬੇਸਣ ਔਰ ਦਹੀਂ ਔਰ ਹਲਦੀ, ਉਹੀ ਆਪਣਾ, ਹੈ ਨਾ, ਪੁਰਾਣਾ ਨੁਸਖਾ, ਉਹ ਲਗਾਇਆ ਮੂੰਹ 'ਤੇ, ਅਤੇ ਦੇਖ ਲਓ, ਹੈ ਨਾ, ਆਪਣੇ ਆਪ ਹੀ ਸ਼ਾਈਨ। ਵੈਸੇ ਤਾਂ ਥਰੈਡਿੰਗ ਨਾਲ ਹੀ ਆ ਜਾਂਦੀ ਹੈਗੀ ਹੈ, ਦੇਸੀ ਨੁਸਖੇ ਜ਼ਰੂਰ ਅਜਮਾਉਣੇ ਚਾਹੀਦੇ ਹੈ, ਹੈ ਨਾ, ਬਹੁਤ ਫਾਇਦੇ ਮਿਲਦੇ। ਓਕੇ ਜੀ, ਬਾਏ ਬਾਏ, ਕੱਲ੍ਹ ਨੂੰ ਫਿਰ ਮਿਲਾਂਗੇ। ਜ਼ਿਆਦਾ ਲੰਬੀ ਵੀਡੀਓ ਹੋ ਗਈ ਨਾ, ਫਿਰ ਔਖਾ ਹੋ ਜਾਂਦਾ, ਹੈ ਨਾ, ਦੇਖਣਾ ਵੀ। ਚਲੋ ਜੀ, ਓਕੇ, ਬਾਏ ਬਾਏ।